ਕੁਝ ਨਹੀਂ, ਪਾਰਟੀ ਨੂੰ ਤਕੜਾ ਕਰਨ ਆਏ ਹਾਂ, ਹੱਲਾਸ਼ਾਰੀ ਦੇਣ ਆਏ ਆਪਣੇ ਕਾਰਜਕਰਤਾ ਨੂੰ, ਉਹਨਾਂ ਨੂੰ ਪਾਰਟੀ ਦੇ ਜੋ ਸੋਚ ਹੈ, ਜਿਸ ਤਰੀਕੇ ਨਾਲ ਆਪਾਂ ਕੈਂਪੇਨ ਚਲਾਉਣਾ ਹੈ, ਉਸ ਮੁੱਦਿਆਂ 'ਤੇ ਆਪਾਂ ਗੱਲ ਕੀਤੀ ਹੈ। ਇਹ ਮੁੱਖ ਮੁੱਦਾ ਸੀ। ਜਿਵੇਂ ਕਿ ਕਿਸਾਨ ਯੂਨੀਅਨ ਨੇ ਧਰਨੇ ਲਾਏ ਹੋਏ ਆ, ਪ੍ਰੋਟੈਸਟ ਕਰ ਰਹੇ ਆ, ਕਿਤੇ ਜਾ ਕੇ ਉਹ ਕਹਿੰਦੇ ਬੀਜੇਪੀ ਦਾ ਵਿਰੋਧ ਕਰਾਂਗੇ। ਇਹ ਕਿਸਾਨ ਯੂਨੀਅਨ ਨਹੀਂ ਕਰ ਰਹੀ, ਆਮ ਆਦਮੀ ਪਾਰਟੀ ਦੇ ਕਾਰਜਕਰਤਾ ਕਰ ਰਹੇ ਆ। ਇਹ ਕਿਸਾਨ ਤਾਂ ਵਿਚਾਰਾ ਖੇਤ 'ਚ ਬੈਠਾ, ਜਿਹਨਾਂ ਦੀ ਫਸਲ ਕੱਟ ਗਈ ਹੈ ਉਹ ਮੰਡੀ 'ਚ ਬੈਠਾ, ਅਤੇ ਇਹ ਜੋ ਜਥੇਬੰਦੀਆਂ ਘੁੰਮ ਰਹੀ ਹੈ, ਭਗਵੰਤ ਮਾਨ ਸਾਹਿਬ ਦੇ ਲੋਕ ਆ, ਕਿਸਾਨ ਨਹੀਂ ਹੈ। ਕਿਸਾਨ ਅੱਜ ਵਿਚਾਰਾ ਆਪਣੀ ਮਿਹਨਤ ਦੀ ਕਮਾਈ ਬਟੋਰਨ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਆਮਦਨੀ ਵਧਾਉਣ ਦੀ ਕੋਸ਼ਿਸ਼ ਕਰ ਰਿਹਾ, ਆਪਣੇ ਪਰਿਵਾਰ ਨੂੰ ਅੱਗੇ ਲਿਜਾਉਣ ਦੀ ਕੋਸ਼ਿਸ਼ ਕਰ ਰਿਹਾ। ਜੋ ਆਪਣੇ ਕਿਸਾਨ ਆ ਉਹ ਬਿਲਕੁਲ ਮਿਹਨਤ ਕਰ ਰਹੇ, ਕੰਮ ਕਰ ਰਹੇ, ਔਰ ਭਾਰਤੀ ਜਨਤਾ ਪਾਰਟੀ ਪੰਜਾਬ, ਭਾਰਤੀ ਜਨਤਾ ਪਾਰਟੀ ਇਸ ਦੇਸ਼ ਦੀ, ਔਰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਕਿਸਾਨਾਂ ਦੇ ਨਾਲ ਹੈ। ਕਿਸਾਨਾਂ ਦੀ ਆਮਦਨੀ ਵਧਾਉਣ ਦੇ ਪੂਰੇ ਉਪਰਾਲੇ ਚੱਕਾਂਗੇ ਆਪਾਂ, ਔਰ ਉਹਨਾਂ ਦੀ ਆਵਾਜ਼ ਬਣ ਕੇ ਜੋ ਵੀ ਆਪਾਂ ਕੰਮ ਕਰ ਸਕਦੇ ਅਗਲੀ ਸਰਕਾਰ ਦੇ ਵਿੱਚ, ਕਿਸਾਨਾਂ ਦੀ ਆਪਾਂ ਮਦਦ ਕਰਾਂ। ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਤਾਰ ਦਿੱਤੇ ਲੋਕ ਸਭਾ ਸੰਗਰੂਰ ਜੀ, ਬੀਜੇਪੀ ਵੱਲੋਂ ਹਾਲੇ ਵੀ ਉਮੀਦਵਾਰ, ਬੀਜੇਪੀ ਦਾ ਉਮੀਦਵਾਰ ਘੋਸ਼ਿਤ ਹੋ ਗਿਆ। ਬੀਜੇਪੀ ਦਾ ਉਮੀਦਵਾਰ ਕਮਲ ਦਾ ਫੁੱਲ ਹੈ, ਔਰ ਕਮਲ ਦੇ ਫੁੱਲ ਨੂੰ ਆਪਾਂ ਤਕੜਾ ਕਰ ਰਹੇ ਹਾਂ, ਔਰ ਕਮਲ ਦੇ ਫੁੱਲ ਨੂੰ ਆਪਾਂ ਅੱਗੇ ਲਿਜਾਵਾਂਗੇ। ਵੋਟਾਂ ਕਮਲ ਦੇ ਫੁੱਲ ਨੂੰ ਪੈਣੀ ਹੈ, ਔਰ ਕਮਲ ਦਾ ਫੁੱਲ ਸਾਡਾ ਉਮੀਦਵਾਰ। ਸਰ ਕਮਲ ਦਾ ਫੁੱਲ ਕਿੰਨਾ ਦੇ ਹੱਥ 'ਚ ਹੈ? ਹੈਂ? ਕਿੰਨਾ ਦੇ ਹੱਥ 'ਚ ਹੈ? ਕਿਹੜੇ? ਮੋਦੀ ਸਾਹਿਬ ਦੇ। ਮੋਦੀ ਸਾਹਿਬ ਦੇ ਤਾਂ ਲੋਕ ਸਭਾ ਹਲਕਾ ਸੰਗਰੂਰ ਦਾ ਕਿਹਦੇ ਹੱਥ 'ਚ? ਸਾਡੇ ਪ੍ਰਧਾਨਾਂ ਦੇ, ਸਾਡੇ ਜੋ ਚਾਰੋਂ ਪ੍ਰਧਾਨ ਆ, ਮਲੇਰਕੋਟਲੇ ਦਾ ਪ੍ਰਧਾਨ, ਬਰਨਾਲੇ ਦਾ ਪ੍ਰਧਾਨ, ਸਾਡੇ ਕਾਰਜਕਰਤਾ ਦੇ ਹੱਥ 'ਚ ਆ, ਸਾਡੇ ਸੰਗਰੂਰ ਦੇ ਪ੍ਰਧਾਨ, ਸਾਡੇ ਜੋ ਪਾਰਟੀ ਦੇ ਕਾਰਜਕਰਤਾ ਹਨ, ਉਹਨਾਂ ਦੇ ਹੱਥ ਦੇ ਵਿੱਚ ਕਮਲ ਦਾ ਫੁੱਲ ਹੈ। ਇੱਕ ਬੰਦੇ ਨੂੰ ਤਾਂ ਲੈ ਕੇ ਜਾ, ਦੇਖੋ 1% ਦੀ ਗੱਲ ਨਹੀਂ ਹੈ, ਇੱਕ ਬੰਦੇ ਨੂੰ ਤਾਂ ਲੈ ਕੇ ਤੁਰਨਾ ਪਊਗਾ ਜੀ ਲੋਕ ਸਭਾ ਦਾ ਆਖਰ। ਸਰ ਤੁਸੀਂ ਮੀਟਿੰਗਾਂ ਕਰ ਰਹੇ ਹੋ, ਕੀ ਲੱਗਦਾ ਵੀ ਜਦ ਰਾਮ ਜੀ ਨੇ ਸ਼੍ਰੀ ਲੰਕਾ ਦੇ ਉੱਤੇ ਕਬਜ਼ਾ ਕੀਤਾ ਸੀ, ਲੰਕਾ ਦੇ ਉੱਤੇ, ਅਤੇ ਹਨੂੰਮਾਨ ਸੈਨਾ ਉਹਦੇ ਨਾਲ ਸੀ, ਅਤੇ ਇਹ ਭਾਰਤੀ ਜਨਤਾ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਦਾ ਹਰੇਕ ਕਾਰਜਕਰਤਾ, ਹਰੇਕ ਵਰਕਰ, ਹਰੇਕ ਅਹੁਦੇਦਾਰ ਸਾਡਾ ਸਿੰਬਲ, ਸਾਡਾ ਉਮੀਦਵਾਰ ਹੈ, ਉਹ ਟਕਾ ਕੇ ਆਪਾਂ ਇੱਥੇ ਜਵਾਬ ਦੇਵਾਂਗੇ ਦੂਜੀ ਪਾਰਟੀਆਂ ਨੂੰ, ਔਰ ਇੱਥੇ ਜਿੱਤ ਕੇ ਜਾਵਾਂਗੇ। ਕਿ ਪਹਿਲਾਂ 12,000 ਵੋਟ ਆਪਾਂ ਨੂੰ ਪਈ ਸੀ, ਉਮੀਦ ਹੈ ਆਪਾਂ ਜਿੱਤ ਕੇ ਮੰਡੀ ਨੂੰ ਜਾਵਾਂਗੇ? ਜਿੱਤਾਂਗੇ, ਜਿੱਤਾਂਗੇ, ਪੱਕਾ ਜਿੱਤਾਂਗੇ, 13 ਜਿੱਤਾਂਗੇ, ਪੂਰਾ ਜਿੱਤਾਂਗੇ, 100% ਜਿੱਤਾਂਗੇ।